ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਅਫਸੋਸ ਹੈ ਕਿ ਹਰ ਨਵੀਂ ਸਵੇਰ ਕੋਈ ਐਸੀ ਖਬਰ ਆਉਂਦੀ ਹੈ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ, ਚਾਹੇ ਦਿੱਲੀ 'ਚ ਬੈਠੇ ਆ ਚਾਹੇ ਹੋਰ ਸਟੇਟਾਂ 'ਚ ਬੈਠੀਆਂ, ਉਹ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਦੇ ਕਾਬਜ ਹੋਣ ਦਾ ਹੱਲਾ ਬੋਲਦੀਆਂ ਨੇ। ਜੇ ਕਹੀਏ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ, ਇੱਕ ਭਾਰਤੀ ਜਨਤਾ ਪਾਰਟੀ ਵੱਲੋਂ ਹੱਲਾ ਸੀ। ਦਿੱਲੀ ਕਮੇਟੀ ਤੋਂ ਜਿਸ ਤਰ੍ਹਾਂ ਰੰਗ ਆਪਣੇ ਵਿੱਚ ਰੰਗਿਆ ਉਹਨਾਂ ਨੇ, ਉਹ ਵੀ ਸਾਰੀ ਦੁਨੀਆ ਨੂੰ ਸਾਹਮਣੇ ਆ। ਹੁਣ ਇੱਕ ਖਬਰ ਮਿਲੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਏਕਨਾਥ ਸ਼ਿੰਦੇ ਜਿਹੜੇ ਆ, ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ, ਜਿਹੜੇ ਭਾਰਤੀ ਜਨਤਾ ਪਾਰਟੀ ਦੀ ਕਹਿੰਦੇ ਹੁੰਦੇ ਸਪੋਰਟ ਦੇ ਨਾਲ ਮੁੱਖ ਮੰਤਰੀ ਨੇ, ਉਹਨਾਂ ਵੱਲੋਂ ਪਿਛਲੀ 5 ਤਰੀਕ ਨੂੰ ਇੱਕ ਅਮੈਂਡਮੈਂਟ ਕੀਤੀ ਗਈ ਜਿਹੜੀ ਕਿ ਆਪਣੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਨਾਲ ਸੰਬੰਧਿਤ ਹੈ, ਅਤੇ 1956 ਐਕਟ ਆ ਜਿਹੜਾ ਉਸ ਦੇ ਵਿੱਚ ਸੋਧ ਕਰ ਦਿੱਤੀ ਗਈ। ਉੱਥੇ 17 ਮੈਂਬਰ ਜਿਹੜੇ ਆ ਉਹ ਹੁੰਦੇ ਨੇ, ਜਿਹਦੇ ਵਿੱਚੋਂ ਅੱਜ ਸਰਕਾਰ ਆਪਣੇ ਤੌਰ 'ਤੇ 12 ਮੈਂਬਰ ਚੁਣੇ ਹੋਏ ਆਪਣੇ ਬੰਦੇ ਲੈ ਕੇ ਜਾਏਗੀ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਜਿਹੜੀ ਆ ਉਹ 4 ਮੈਂਬਰਾਂ ਦੀ ਹੁੰਦੀ ਸੀ, ਉਹ ਤੋੜ ਕੇ 2 ਦੀ ਕਰ ਦਿੱਤੀ ਗਈ। ਉਹ ਜਿਹੜੀ ਆ ਸਾਡਾ ਚੀਫ ਖਾਲਸਾ ਦੀਵਾਨ, ਜਿਹੜੀ ਕਿ ਬੜੀ ਵੱਡੀ ਸੰਸਥਾ, ਉਹਦਾ ਇੱਕ ਨੁਮਾਇੰਦਾ ਉਹਦੇ ਸ਼ਾਮਿਲ ਹੁੰਦਾ ਸੀ, ਉਹ ਨੁਮਾਇੰਦਾ ਖਤਮ ਕਰ ਦਿੱਤਾ ਗਿਆ। ਅਤੇ ਹਜ਼ੂਰੀ ਜਿਹੜਾ ਦੀਵਾਨ ਨਾਮ ਦੇ ਨਾਲ ਸੰਬੰਧਿਤ ਜਿਹੜੀ ਸੰਸਥਾ ਹਜ਼ੂਰ ਸਾਹਿਬ ਦੇ ਅੰਦਰ ਨੰਦੇੜ ਸਾਹਿਬ ਦੀ, ਉਹਦੀ ਵੀ ਇੱਕ ਬੰਦੇ ਦੀ ਸੰਸਥਾ ਖਤਮ ਕਰ ਜਿਹੜੀ ਆ ਉਹ ਅਹੁਦਾ ਖਤਮ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਅਫਸੋਸ ਹੈ ਕਿ ਹਰ ਨਵੀਂ ਸਵੇਰ ਕੋਈ ਐਸੀ ਖਬਰ ਆਉਂਦੀ ਹੈ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ, ਚਾਹੇ ਦਿੱਲੀ 'ਚ ਬੈਠੇ ਆ ਚਾਹੇ ਹੋਰ ਸਟੇਟਾਂ 'ਚ ਬੈਠੀਆਂ, ਉਹ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਦੇ ਕਾਬਜ ਹੋਣ ਦਾ ਹੱਲਾ ਬੋਲਦੀਆਂ ਨੇ। ਜੇ ਕਹੀਏ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ, ਇੱਕ ਭਾਰਤੀ ਜਨਤਾ ਪਾਰਟੀ ਵੱਲੋਂ ਹੱਲਾ ਸੀ। ਦਿੱਲੀ ਕਮੇਟੀ ਤੋਂ ਜਿਸ ਤਰ੍ਹਾਂ ਰੰਗ ਆਪਣੇ ਵਿੱਚ ਰੰਗਿਆ ਉਹਨਾਂ ਨੇ, ਉਹ ਵੀ ਸਾਰੀ ਦੁਨੀਆ ਨੂੰ ਸਾਹਮਣੇ ਆ। ਹੁਣ ਇੱਕ ਖਬਰ ਮਿਲੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਏਕਨਾਥ ਸ਼ਿੰਦੇ ਜਿਹੜੇ ਆ, ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆ, ਜਿਹੜੇ ਭਾਰਤੀ ਜਨਤਾ ਪਾਰਟੀ ਦੀ ਕਹਿੰਦੇ ਹੁੰਦੇ ਸਪੋਰਟ ਦੇ ਨਾਲ ਮੁੱਖ ਮੰਤਰੀ ਨੇ, ਉਹਨਾਂ ਵੱਲੋਂ ਪਿਛਲੀ 5 ਤਰੀਕ ਨੂੰ ਇੱਕ ਅਮੈਂਡਮੈਂਟ ਕੀਤੀ ਗਈ ਜਿਹੜੀ ਕਿ ਆਪਣੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਨਾਲ ਸੰਬੰਧਿਤ ਹੈ, ਅਤੇ 1956 ਐਕਟ ਆ ਜਿਹੜਾ ਉਸ ਦੇ ਵਿੱਚ ਸੋਧ ਕਰ ਦਿੱਤੀ ਗਈ। ਉੱਥੇ 17 ਮੈਂਬਰ ਜਿਹੜੇ ਆ ਉਹ ਹੁੰਦੇ ਨੇ, ਜਿਹਦੇ ਵਿੱਚੋਂ ਅੱਜ ਸਰਕਾਰ ਆਪਣੇ ਤੌਰ 'ਤੇ 12 ਮੈਂਬਰ ਚੁਣੇ ਹੋਏ ਆਪਣੇ ਬੰਦੇ ਲੈ ਕੇ ਜਾਏਗੀ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਜਿਹੜੀ ਆ ਉਹ 4 ਮੈਂਬਰਾਂ ਦੀ ਹੁੰਦੀ ਸੀ, ਉਹ ਤੋੜ ਕੇ 2 ਦੀ ਕਰ ਦਿੱਤੀ ਗਈ। ਉਹ ਜਿਹੜੀ ਆ ਸਾਡਾ ਚੀਫ ਖਾਲਸਾ ਦੀਵਾਨ, ਜਿਹੜੀ ਕਿ ਬੜੀ ਵੱਡੀ ਸੰਸਥਾ, ਉਹਦਾ ਇੱਕ ਨੁਮਾਇੰਦਾ ਉਹਦੇ ਸ਼ਾਮਿਲ ਹੁੰਦਾ ਸੀ, ਉਹ ਨੁਮਾਇੰਦਾ ਖਤਮ ਕਰ ਦਿੱਤਾ ਗਿਆ। ਅਤੇ ਹਜ਼ੂਰੀ ਜਿਹੜਾ ਦੀਵਾਨ ਨਾਮ ਦੇ ਨਾਲ ਸੰਬੰਧਿਤ ਜਿਹੜੀ ਸੰਸਥਾ ਹਜ਼ੂਰ ਸਾਹਿਬ ਦੇ ਅੰਦਰ ਨੰਦੇੜ ਸਾਹਿਬ ਦੀ, ਉਹਦੀ ਵੀ ਇੱਕ ਬੰਦੇ ਦੀ ਸੰਸਥਾ ਖਤਮ ਕਰ ਜਿਹੜੀ ਆ ਉਹ ਅਹੁਦਾ ਖਤਮ ਕਰ ਦਿੱਤਾ।